ਮਤਲਬ ਇਸ ਵੇਲੇ ਫਿਰ ਚੋਣ ਲੜ ਰਹੇ ਹੋ, ਹਰ ਵਾਰੀ ਚੋਣ ਲੜੀ ਹੈ, ਕੀ ਵਿਜ਼ਰ ਰਹਿੰਦਾ, ਕੀ ਸੋਚ ਕੇ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਦੇ? ਦੇਖੋ ਜੀ, ਹਰ ਵਾਰੀ ਇੱਕ ਵੱਡਾ ਬੰਦਾ ਲੜਦਾ ਚੋਣ, ਕਦੀ ਛੋਟਾ ਬੰਦਾ ਦੇਖਿਆ? ਲੇਕਿਨ ਐਤਕੀ ਜੇ ਵੋਟਰ ਚਾਹਣ, ਇੱਕ ਛੋਟਾ ਬੰਦਾ ਬਣੇਗਾ, ਛੋਟਾ ਬੰਦਾ ਐਸਾ ਕੰਮ ਕਰੇਗਾ ਕਿ ਕਿਸੇ ਵੱਡੇ ਕੋਲ ਕੰਮ ਕੋਈ ਹੋਏਗਾ ਨਹੀਂ। ਮੈਂ ਕਹਿੰਦਾ ਸਿਰਫ ਮੈਨੂੰ ਦੇਸ਼ ਦਾ ਪ੍ਰਧਾਨ ਮੰਤਰੀ 4 ਘੰਟੇ ਵਾਸਤੇ ਬਣਾ ਦਿਓ, ਮੈਂ ਪੂਰਾ ਇੰਡੀਆ ਵੀ ਨਾ ਕਰਾਂ। ਚਲੋ, ਉਹ ਤੇ ਲੋਕਾਂ ਨੇ ਬਣਾਉਣਾ। ਇੱਕ ਮਿੰਟ ਮੇਰੀ ਗੱਲ ਅਸਲ ਦੇ ਵਿੱਚ ਲੀਡੂ ਸੁਣੋ, ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਕੇ ਇੰਡੀਆ ਅਮੀਰ ਨਾ ਕਰ, ਜੁੱਤੀਆਂ ਮਾਰੇ, ਗੋਲੀ ਮਾਰ ਦਿਓ ਮੈਨੂੰ। ਚਲੋ, ਅਸੀਂ ਤੇ ਬਣਾ ਨਹੀਂ ਸਕਦੇ, ਨਾ ਸਾਡੇ ਕੋਲ ਪਾਵਰ ਹੈ, ਉਹ ਤੇ ਜਨਤਾ ਨੇ ਬਣਾਉਣਾ ਹੈ। ਤੁਸੀਂ ਹੁਣ ਤੱਕ ਇੰਨੇ, ਇੱਕ ਮਿੰਟ ਜੀ, ਤੁਸੀਂ ਇੰਨੇ ਇਲੈਕਸ਼ਨ ਲੜ ਲੜ ਕੇ ਤਜਰਬਾ ਹੋ ਚੁੱਕਿਆ ਹੁਣ ਇਲੈਕਸ਼ਨ ਲੜਨ ਦਾ? ਉਹ ਸ਼ਾਂਤੀ ਰੱਖੋ ਚਮਚਿਆਂ, ਮੈਂ ਸ਼ਕਲ ਨੀ ਦੇਖੀ ਤੈਨੂੰ, ਮੈਂ ਉਦਾਂ ਹੀ ਕਹਿਤਾ, ਜੇ ਹੁਣ ਬੋਲਿਆ ਤੇ ਹੁਣ ਥਾਲੀ ਕਹਿ ਦੇਣਾ ਤੈਨੂੰ। ਗੱਲ ਹੈਗੀ ਏਦਾਂ, ਦੇਖੋ ਜੀ, ਜੇ ਮੈਨੂੰ ਕਿਤੇ, ਜੇ ਤੁਸੀਂ ਮੈਨੂੰ ਤੁਸੀਂ ਐਮ ਪੀ ਬਣਾ ਦੋ, ਮੈਂ ਇਸ ਦੇਸ਼ ਦਾ ਦੂਜੇ ਦਿਨ ਹੀ ਮੁੱਲ ਮੋੜ ਦੂੰਗਾ। ਜਲੰਧਰ ਸ਼ਹਿਰ ਦਾ ਨਹੀਂ, ਪੂਰੇ ਪੰਜਾਬ, ਹਰ ਕੋਈ ਬੰਦਾ ਵੀਡੀਓ ਪਾ ਕੇਗਾ, ਨੀਟੂ ਸ਼ੱਟਾ ਨੂੰ ਮੈਂ ਐਮ ਪੀ ਬਣਾਇਆ ਸੀਗਾ, ਆਹ ਜਿਹੜਾ ਮੁੱਲ ਮੋੜਿਆ, ਇਹ ਮੈਂ ਨੀਟੂ ਸ਼ੱਟਾ ਨੂੰ ਵੋਟ ਪਾਈ ਤੇ ਇਹਨੇ ਮੁੱਲ ਸਾਡਾ ਪਹਿਲੀ ਗੇਂਦ ਤੇ ਪਹਿਲਾ ਬੋਲ, ਦੂਜੇ ਦਿਨ ਹੀ ਮੁੱਲ ਮੋੜ ਦੇਣਾ। ਇੱਕ ਦਿਨ ਐਮ ਪੀ ਬਣਿਆ, ਦੂਜੇ ਦਿਨ ਹੀ ਮੁੱਲ ਮੋੜ ਦੂੰਗਾ ਪੰਜਾਬ ਦਾ, ਜਲੰਧਰ ਦਾ ਨਹੀਂ, ਪੰਜਾਬ ਦਾ ਮੁੱਲ ਮੋੜੂੰਗਾ। ਮਤਲਬ ਇਸ ਵੇਲੇ ਫਿਰ ਚੋਣ ਲੜ ਰਹੇ ਹੋ, ਹਰ ਵਾਰੀ ਚੋਣ ਲੜੀ ਹੈ, ਕੀ ਵਿਜ਼ਰ ਰਹਿੰਦਾ, ਕੀ ਸੋਚ ਕੇ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਦੇ? ਦੇਖੋ ਜੀ, ਹਰ ਵਾਰੀ ਇੱਕ ਵੱਡਾ ਬੰਦਾ ਲੜਦਾ ਚੋਣ, ਕਦੀ ਛੋਟਾ ਬੰਦਾ ਦੇਖਿਆ? ਲੇਕਿਨ ਐਤਕੀ ਜੇ ਵੋਟਰ ਚਾਹਣ, ਇੱਕ ਛੋਟਾ ਬੰਦਾ ਬਣੇਗਾ, ਛੋਟਾ ਬੰਦਾ ਐਸਾ ਕੰਮ ਕਰੇਗਾ ਕਿ ਕਿਸੇ ਵੱਡੇ ਕੋਲ ਕੰਮ ਕੋਈ ਹੋਏਗਾ ਨਹੀਂ। ਮੈਂ ਕਹਿੰਦਾ ਸਿਰਫ ਮੈਨੂੰ ਦੇਸ਼ ਦਾ ਪ੍ਰਧਾਨ ਮੰਤਰੀ 4 ਘੰਟੇ ਵਾਸਤੇ ਬਣਾ ਦਿਓ, ਮੈਂ ਪੂਰਾ ਇੰਡੀਆ ਵੀ ਨਾ ਕਰਾਂ। ਚਲੋ, ਉਹ ਤੇ ਲੋਕਾਂ ਨੇ ਬਣਾਉਣਾ। ਇੱਕ ਮਿੰਟ ਮੇਰੀ ਗੱਲ ਅਸਲ ਦੇ ਵਿੱਚ ਲੀਡੂ ਸੁਣੋ, ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਕੇ ਇੰਡੀਆ ਅਮੀਰ ਨਾ ਕਰ, ਜੁੱਤੀਆਂ ਮਾਰੇ, ਗੋਲੀ ਮਾਰ ਦਿਓ ਮੈਨੂੰ। ਚਲੋ, ਅਸੀਂ ਤੇ ਬਣਾ ਨਹੀਂ ਸਕਦੇ, ਨਾ ਸਾਡੇ ਕੋਲ ਪਾਵਰ ਹੈ, ਉਹ ਤੇ ਜਨਤਾ ਨੇ ਬਣਾਉਣਾ ਹੈ। ਤੁਸੀਂ ਹੁਣ ਤੱਕ ਇੰਨੇ, ਇੱਕ ਮਿੰਟ ਜੀ, ਤੁਸੀਂ ਇੰਨੇ ਇਲੈਕਸ਼ਨ ਲੜ ਲੜ ਕੇ ਤਜਰਬਾ ਹੋ ਚੁੱਕਿਆ ਹੁਣ ਇਲੈਕਸ਼ਨ ਲੜਨ ਦਾ। ਉਹ ਸ਼ਾਂਤੀ ਰੱਖੋ ਚਮਚਿਆਂ, ਮੈਂ ਸ਼ਕਲ ਨੀ ਦੇਖੀ ਤੈਨੂੰ, ਮੈਂ ਉਦਾਂ ਹੀ ਕਹਿਤਾ, ਜੇ ਹੁਣ ਬੋਲਿਆ ਤੇ ਹੁਣ ਥਾਲੀ ਕਹਿ ਦੇਣਾ ਤੈਨੂੰ। ਗੱਲ ਹੈਗੀ ਏਦਾਂ, ਦੇਖੋ ਜੀ, ਜੇ ਮੈਨੂੰ ਕਿਤੇ, ਜੇ ਤੁਸੀਂ ਮੈਨੂੰ ਤੁਸੀਂ ਐਮ ਪੀ ਬਣਾ ਦਿਓ, ਮੈਂ ਇਸ ਦੇਸ਼ ਦਾ ਦੂਜੇ ਦਿਨ ਹੀ ਮੁੱਲ ਮੋੜ ਦੂੰਗਾ। ਜਲੰਧਰ ਸ਼ਹਿਰ ਦਾ ਨਹੀਂ, ਪੂਰੇ ਪੰਜਾਬ, ਹਰ ਕੋਈ ਬੰਦਾ ਵੀਡੀਓ ਪਾ ਕੇਗਾ, ਨੀਟੂ ਸ਼ੱਟਾ ਨੂੰ ਮੈਂ ਐਮ ਪੀ ਬਣਾਇਆ ਸੀਗਾ, ਆਹ ਜਿਹੜਾ ਮੁੱਲ ਮੋੜਿਆ, ਇਹ ਮੈਂ ਨੀਟੂ ਸ਼ੱਟਾ ਨੂੰ ਵੋਟ ਪਾਈ ਤੇ ਇਹਨੇ ਮੁੱਲ ਸਾਡਾ ਪਹਿਲੀ ਗੇਂਦ ਤੇ ਪਹਿਲਾ ਬੋਲ, ਦੂਜੇ ਦਿਨ ਹੀ ਮੁੱਲ ਮੋੜ ਦੇਣਾ। ਇੱਕ ਦਿਨ ਐਮ ਪੀ ਬਣਿਆ, ਦੂਜੇ ਦਿਨ ਹੀ ਮੁੱਲ ਮੋੜ ਦੂੰਗਾ ਪੰਜਾਬ ਦਾ, ਜਲੰਧਰ ਦਾ ਨਹੀਂ, ਪੰਜਾਬ ਦਾ ਮੁੱਲ ਮੋੜੂੰਗਾ। ਮਤਲਬ ਇਸ ਵੇਲੇ ਫਿਰ ਚੋਣ ਲੜ ਰਹੇ ਹੋ, ਹਰ ਵਾਰੀ ਚੋਣ ਲੜੀ ਹੈ, ਕੀ ਵਿਜ਼ਰ ਰਹਿੰਦਾ, ਕੀ ਸੋਚ ਕੇ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਦੇ? ਦੇਖੋ ਜੀ, ਹਰ ਵਾਰੀ ਇੱਕ ਵੱਡਾ ਬੰਦਾ ਲੜਦਾ ਚੋਣ, ਕਦੀ ਛੋਟਾ ਬੰਦਾ ਦੇਖਿਆ? ਲੇਕਿਨ ਐਤਕੀ ਜੇ ਵੋਟਰ ਚਾਹਣ, ਇੱਕ ਛੋਟਾ ਬੰਦਾ ਬਣੇਗਾ, ਛੋਟਾ ਬੰਦਾ ਐਸਾ ਕੰਮ ਕਰੇਗਾ ਕਿ ਕਿਸੇ ਵੱਡੇ ਕੋਲ ਕੰਮ ਕੋਈ ਹੋਏਗਾ ਨਹੀਂ। ਮੈਂ ਕਹਿੰਦਾ ਸਿਰਫ ਮੈਨੂੰ ਦੇਸ਼ ਦਾ ਪ੍ਰਧਾਨ ਮੰਤਰੀ 4 ਘੰਟੇ ਵਾਸਤੇ ਬਣਾ ਦਿਓ, ਮੈਂ ਪੂਰਾ ਇੰਡੀਆ ਵੀ ਨਾ ਕਰਾਂ। ਚਲੋ, ਉਹ ਤੇ ਲੋਕਾਂ ਨੇ ਬਣਾਉਣਾ। ਇੱਕ ਮਿੰਟ ਮੇਰੀ ਗੱਲ ਅਸਲ ਦੇ ਵਿੱਚ ਲੀਡੂ ਸੁਣੋ, ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਕੇ ਇੰਡੀਆ ਅਮੀਰ ਨਾ ਕਰ, ਜੁੱਤੀਆਂ ਮਾਰੇ, ਗੋਲੀ ਮਾਰ ਦਿਓ ਮੈਨੂੰ। ਚਲੋ, ਅਸੀਂ ਤੇ ਬਣਾ ਨਹੀਂ ਸਕਦੇ, ਨਾ ਸਾਡੇ ਕੋਲ ਪਾਵਰ ਹੈ, ਉਹ ਤੇ ਜਨਤਾ ਨੇ ਬਣਾਉਣਾ ਹੈ। ਤੁਸੀਂ ਹੁਣ ਤੱਕ ਇੰਨੇ, ਇੱਕ ਮਿੰਟ ਜੀ, ਤੁਸੀਂ ਇੰਨੇ ਇਲੈਕਸ਼ਨ ਲੜ ਲੜ ਕੇ ਤਜਰਬਾ ਹੋ ਚੁੱਕਿਆ ਹੁਣ ਇਲੈਕਸ਼ਨ ਲੜਨ ਦਾ। ਉਹ ਸ਼ਾਂਤੀ ਰੱਖੋ ਚਮਚਿਆਂ, ਮੈਂ ਸ਼ਕਲ ਨੀ ਦੇਖੀ ਤੈਨੂੰ, ਮੈਂ ਉਦਾਂ ਹੀ ਕਹਿਤਾ, ਜੇ ਹੁਣ ਬੋਲਿਆ ਤੇ ਹੁਣ ਥਾਲੀ ਕਹਿ ਦੇਣਾ ਤੈਨੂੰ। ਗੱਲ ਹੈਗੀ ਏਦਾਂ, ਦੇਖੋ ਜੀ, ਜੇ ਮੈਨੂੰ ਕਿਤੇ, ਜੇ ਤੁਸੀਂ ਮੈਨੂੰ ਤੁਸੀਂ ਐਮ ਪੀ ਬਣਾ ਦਿਓ, ਮੈਂ ਇਸ ਦੇਸ਼ ਦਾ ਦੂਜੇ ਦਿਨ ਹੀ ਮੁੱਲ ਮੋੜ ਦੂੰਗਾ। ਜਲੰਧਰ ਸ਼ਹਿਰ ਦਾ ਨਹੀਂ, ਪੂਰੇ ਪੰਜਾਬ, ਹਰ ਕੋਈ ਬੰਦਾ ਵੀਡੀਓ ਪਾ ਕੇਗਾ, ਨੀਟੂ ਸ਼ੱਟਾ ਨੂੰ ਮੈਂ ਐਮ ਪੀ ਬਣਾਇਆ ਸੀਗਾ, ਆਹ ਜਿਹੜਾ ਮੁੱਲ ਮੋੜਿਆ, ਇਹ ਮੈਂ ਨੀਟੂ ਸ਼ੱਟਾ ਨੂੰ ਵੋਟ ਪਾਈ ਤੇ ਇਹਨੇ ਮੁੱਲ ਸਾਡਾ ਪਹਿਲੀ ਗੇਂਦ ਤੇ ਪਹਿਲਾ ਬੋਲ,
ਦੂਜੇ ਦਾ ਨੀ ਮੁੱਲ ਮੋੜ ਦੇਣਾ, ਇੱਕ ਦਿਨ ਸਿਕਸਰ ਮਾਰ ਦੇਣਾ, ਇੱਕ ਦਿਨ ਐਮ ਪੀ ਬਣਿਆ, ਦੂਜੇ ਦਾ ਨੀ ਮੁੱਲ ਮੋੜ ਦੂੰਗਾ, ਪੰਜਾਬ ਦਾ, ਜਲੰਧਰ ਦਾ ਨੀ, ਪੰਜਾਬ ਦਾ ਮੁੱਲ ਮੋੜੂੰਗਾ।